ਆ ਜਾਂਦਾ ਹੈ ਵੀ ਜਿਹੜੀਆਂ ਇੱਥੇ ਬੌਲੀਆਂ ਬਣੀਆਂ ਹੋਈਆਂ ਨੇ ਉਹਨਾਂ ਬੌਲੀਆਂ ਦੇ ਵਿੱਚੋਂ ਮਾਛਿਕ ਪਾਣੀ ਦੀ ਭਰ ਕੇ ਭਾਈ ਕਨਈਆ ਜੀ ਦੁਸ਼ਮਣਾਂ ਨੂੰ ਪਾਣੀ ਪਲਾਉਂਦੇ ਸਨ ਤੇ ਸਿੱਖਾਂ ਨੂੰ ਪਾਣੀ ਪਲਾਉਂਦੇ ਸਨ ਸੰਗਤ ਨੂੰ ਵੀ ਬੇਨਤੀ ਕਰਦੇ ਆਂ ਵੀ ਜਦੋਂ ਵੀ ਅਨੰਦਪੁਰ ਸਾਹਿਬ ਆਉਣ ਤਾਰਾਗੜ੍ਹ ਸਾਹਿਬ ਦੇ ਨਾਲ ਦਰਸ਼ਨ ਕਰਨ ਤੇ ਨਾਲ-ਨਾਲ ਭਾਈ ਕਨਈਆ ਜੀ ਦੀਆਂ ਬਣੀਆਂ ਹੋਈਆਂ ਇਹਨਾਂ ਬੌਲੀਆਂ ਨੂੰ ਵੀ ਆ ਕੇ ਦੇਖ ਸਕਦੇ ਨੇ ਦੋ ਅਹਿਮ ਚੀਜ਼ਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਨੇ ਭਾਈ ਕਨਈਆ ਜੀ ਦੀ ਇੱਕ ਤੇ ਮਾਸ਼ਕ ਜਿਹੜੀ ਆਪਾਂ ਗੱਲ ਕਰਦੇ ਸੀ ਮਾਸ਼ਕ ਹਜੇ ਤੱਕ ਸੰਭਾਲ ਕੇ ਰੱਖੀ ਗਈ ਹੈ ਇਸ ਸਥਾਨ ਦੇ ਅੰਦਰ ਤੇ ਦੂਜਾ ਡੋਲੂ ਲਿੱਕ ਕੇ ਵੀ ਲਾਇਆ ਭਾਈ ਕਨਈਆ ਜੀ ਦਾ ਡੋਲ ਆਕੋ ਮੇਰਾ ਦੁਸ਼ਮਣ ਰਹਿਆ ਨਾ ਹਮ ਕਿਸਕੇ ਬਹਿਰਾਈ ਇਸ ਟਾਈਮ ਅਨੰਦਪੁਰ ਸਾਹਿਬ ਜੀ ਦੇ ਉਸ ਸਥਾਨ ਦੇ ਉੱਪਰ ਖੜੇ ਹਾਂ ਜਿਹੜਾ ਭਾਈ ਕਨਈਆ ਜੀ ਦੀ ਯਾਦ ਨੂੰ ਤਾਜ਼ਾ ਕਰਦਾ ਹੈ ਅਸੀਂ ਇਹ ਕਹਿ ਸਕਦੇ ਹਾਂ ਵੀ ਜਦੋਂ ਦਸ਼ਮੇਸ਼ ਅਕੈਡਮੀ ਵਾਲੀ ਸਾਈਡ ਨੂੰ ਆਉਨੇ ਆ ਕੇਸਗੜ੍ਹ ਸਾਹਿਬ ਤੋਂ ਉਸ ਤੋਂ 5 ਕਿਲੋਮੀਟਰ ਦੀ ਦੂਰੀ ਦੇ ਉੱਪਰ ਇਹ ਸਥਾਨ ਬਣਿਆ ਹੋਇਆ ਹੈ ਭਾਈ ਕਨਈਆ ਜੀ ਦੀ ਯਾਦ ਨੂੰ ਤਾਜ਼ਾ ਕਰਨ ਦੇ ਲਈ ਯਾਤਰੂ ਇੱਥੇ ਪਹੁੰਚਦੇ ਨੇ ਤੇ ਅੱਖਾਂ ਦੇ ਸਾਹਮਣੇ ਉਹ ਦ੍ਰਿਸ਼ ਆਉਂਦੇ ਨੇ ਵੀ ਕਿਵੇਂ ਫੌਜਾਂ ਇੰਜ ਕਹਿ ਸਕਦੇ ਆ ਪਹਾੜੀ ਰਾਜੇ ਚੜ ਕੇ ਆਉਂਦੇ ਨੇ ਜੰਗ ਹੁੰਦੀ ਐ ਜਿਵੇਂ ਤੁਸੀਂ ਸਾਖੀ ਵੀ ਸੁਣੀ ਐ ਵੀ ਭਾਈ ਕਨਈਆ ਜੀ ਦੀ ਸ਼ਿਕਾਇਤ ਜਿਹੜੀ ਆ ਗੁਰੂ ਸਾਹਿਬ ਜੀ ਦੇ ਕੋਲੇ ਕੀਤੀ ਜਾਂਦੀ ਐ ਵੀ ਭਾਈ ਕਨਈਆ ਜੀ ਦੁਸ਼ਮਣ ਨੂੰ ਵੀ ਪਾਣੀ ਪਲਾਉਂਦੇ ਨੇ ਪਰ ਗੁਰੂ ਅਰਜਨ ਸਾਹਿਬ ਜੀ ਦੇ ਇਸ ਬਚਨ ਦੇ ਨਾਲ ਜੁੜੇ ਹੋਣ ਕਰਕੇ ਭਾਈ ਕਨਈਆ ਜੀ ਗੁਰੂ ਸਾਹਿਬ ਜੀ ਕੋਲੇ ਜਾ ਕੇ ਕਹਿੰਦੇ ਨੇ ਕਹਿੰਦੇ ਮੈਨੂੰ ਕੋਈ ਦੁਸ਼ਮਣ ਨਜ਼ਰੀ ਨਹੀਂ ਪੈ ਰਿਹਾ ਮੈਨੂੰ ਸਾਰੇ ਹੀ ਦੋਸਤ ਲੱਗਦੇ ਨੇ ਮੈਨੂੰ ਇੰਜ ਲੱਗਦਾ ਐ ਜਿਵੇਂ ਸਾਰੇ ਮੇਰੇ ਮਿੱਤਰ ਹੋਣ ਸਾਰਿਆਂ ਦੇ ਵਿੱਚੋਂ ਮੈਂ ਅਕਾਲ ਪੁਰਖ ਰੱਬ ਜੀ ਦੇ ਗੁਣ ਦੇਖਦਾ ਹਾਂ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨਾਲ ਹੀ ਕਹਿੰਦੇ ਨੇ ਜੇ ਭਾਈ ਕਨਈਆ ਜੀ ਇਹ ਗੱਲ ਹੈ ਤਾਂ ਅਸੀਂ ਨਾਲ ਤੁਹਾਨੂੰ ਇੱਕ ਮਲਮ ਪੱਟੀ ਕਰਨ ਦੇ ਲਈ ਵੀ ਦੇ ਦਿੰਨੇ ਆ ਜਿਹਦੇ ਕਰਕੇ ਜਿਹੜਾ ਹੈਗਾ ਦਵਾਈ ਦੇ ਦਿੰਨੇ ਆ ਜਿਹਦੇ ਕਰਕੇ ਤੁਸੀਂ ਦੁਸ਼ਮਣ ਦਾ ਇਲਾਜ ਵੀ ਕਰ ਸਕਦੇ ਹੋ ਇਦਾਂ ਸ਼ਰਧਾ ਵਾਸ ਭਾਈ ਕਨਈਆ ਜੀ ਜਿਹੜੇ ਨੇ ਉਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸਿੱਖ ਅਖਵਾਏ ਤੇ ਪਿਆਰ ਹਾਸਲ ਕੀਤਾ ਉਹਨਾਂ ਦੀ ਯਾਦ ਦੇ ਵਿੱਚ ਸਥਾਨ ਬਣਿਆ ਸਾਹਮਣੇ ਦ੍ਰਿਸ਼ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿਆਦਾ ਸਮਾਂ ਨਹੀਂ ਹੋਇਆ ਇਹ ਸਥਾਨ ਬਣੇ ਨੂੰ ਕੁਝ ਸਮਾਂ ਹੀ ਹੋਇਆ ਹੈ ਲਗਭਗ 10 ਤੋਂ 12 ਸਾਲ ਦਾ ਸਮਾਂ ਹੋਇਆ ਹੈ ਇਹ ਸਥਾਨ ਬਣਿਆ ਹੋਇਆ ਹੈ ਫੇਰ ਗੱਲ ਦੁਹਰਾ ਦਈਏ ਦਸ਼ਕ ਦਸ਼ਮੀਸ਼ ਅਕੈਡਮੀ ਵਾਲੀ ਸਾਈਡ ਨੂੰ ਜਦੋਂ ਤਾਰਾਗੜ੍ਹ ਸਾਹਿਬ ਵਾਲੀ ਸਾਈਡ ਨੂੰ ਆਉਨੇ ਆ ਜਿੱਥੇ ਗੁਰੂ ਸਾਹਿਬ ਜੀ ਨੇ ਪੰਜਾ ਕਿਲਿਆਂ ਦੇ ਵਿੱਚੋਂ ਇੱਕ ਕਿਲੇ ਦਾ ਨਿਰਮਾਣ ਕਰਵਾਇਆ ਸੀ ਰਸਤੇ ਦੇ ਵਿੱਚ ਇਹ ਸਥਾਨ ਪੈਂਦਾ ਹੈ ਭਾਈ ਗੁਰਦੁਆਰਾ ਭਾਈ ਕਨਈਆ ਜੀ ਦੀ ਯਾਦ ਦੇ ਵਿੱਚ ਕਿਹਾ ਜਾਂਦਾ ਹੈ ਵੀ ਜਿਹੜੀਆਂ ਇੱਥੇ ਬੌਲੀਆਂ ਬਣੀਆਂ ਹੋਈਆਂ ਨੇ ਉਹਨਾਂ ਬੌਲੀਆਂ ਦੇ ਵਿੱਚੋਂ ਮਾਛਕ ਪਾਣੀ ਦੀ ਭਰ ਕੇ ਭਾਈ ਕਨਈਆ ਜੀ ਦੁਸ਼ਮਣਾਂ ਨੂੰ ਪਾਣੀ ਪਲੌਂਦੇ ਸਨ ਤੇ ਸਿੱਖਾਂ ਨੂੰ ਪਾਣੀ ਪਲੌਂਦੇ ਸਨ ਜੋ ਲੜਾਈ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕਰਨ ਦੇ ਲਈ ਅ ਸਿਰਾਂ ਦੇ ਉੱਪਰ ਕਫਨ ਬੰਨ ਕੇ ਨਿਤਰਦੇ ਸਨ ਭਾਈ ਕਨਈਆ ਜੀ ਉਹਨਾਂ ਦੇ ਲਈ ਆਪਣਾ ਫਰਜ ਨਿਭਾਉਂਦੇ ਸਨ ਤੇ ਅਸੀਂ ਤੁਹਾਨੂੰ ਦਿਖਾਉਨੇ ਆ ਅੱਗੇ ਚੱਲ ਕੇ ਭਾਈ ਕਨਈਆ ਜੀ ਦੀ ਜਿਹੜੀ ਯਾਦ ਦੇ ਵਿੱਚ ਕਿਹਾ ਜਾਂਦਾ ਹੈ ਉਹ ਬੋਲੀਆਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਇਸ ਜਗ੍ਹਾ ਦੇ ਉੱਪਰ ਗੁਰਦੁਆਰਾ ਸਾਹਿਬ ਦੇ ਜਿਹੜੇ ਦੀਦਾਰ ਨੇ ਉਹ ਕਰਨਯੋਗ ਨੇ ਬੜੀ ਰਮਣੀਕ ਜਗ੍ਹਾ ਹੈ ਬੜਾ ਸੁੰਦਰ ਸਥਾਨ ਬਣਿਆ ਹੋਇਆ ਹੈ ਇਹ ਪਹਾੜਾਂ ਦੇ ਵਿੱਚ ਸੰਗਤ ਨੂੰ ਵੀ ਬੇਨਤੀ ਕਰਦੇ ਆਂ ਵੀ ਜਦੋਂ ਵੀ ਅਨੰਦਪੁਰ ਸਾਹਿਬ ਆਉਣ ਤਾਰਾਗੜ੍ਹ ਸਾਹਿਬ ਦੇ ਨਾਲ ਦਰਸ਼ਨ ਕਰਨ ਤੇ ਨਾਲ-ਨਾਲ ਭਾਈ ਕਨਈਆ ਜੀ ਦੀਆਂ ਬਣੀਆਂ ਹੋਈਆਂ ਇਹਨਾਂ ਬੌਲੀਆਂ ਨੂੰ ਵੀ ਆ ਕੇ ਦੇਖ ਸਕਦੇ ਨੇ ਤੇ ਗੁਰਦੁਆਰਾ ਸਾਹਿਬ ਜਿਹੜਾ ਸਥਾਨ ਬਣਿਆ ਹੋਇਆ ਬੜੀ ਰਮਣੀਕ ਜਗ੍ਹਾ ਦੇ ਉੱਪਰ ਬੜਾ ਸੁੰਦਰ ਸਥਾਨ ਬਣਿਆ ਇਹਦੇ ਆ ਕੇ ਦਰਸ਼ਨ ਕਰ ਸਕਦੇ ਨੇ ਇੱਥੇ ਬੈਠ ਕੇ ਗੁਰਬਾਣੀ ਪੜ੍ਹ ਸਕਦੇ ਨੇ ਗੁਰਬਾਣੀ ਸ਼ਰਧਾਂਤ ਕਰ ਸਕਦੇ ਨੇ ਕਿਉਂਕਿ ਜਗ੍ਹਾ ਬਹੁਤ ਸੁੰਦਰ ਬਣੀ ਹੋਈ ਹੈ ਇੱਕ ਇਹ ਸਾਹਮਣੇ ਬੌਲੀ ਜਿਹੜੀ ਤੁਹਾਨੂੰ ਦਿਖਾਉਨੇ ਆਂ ਕਿਹਾ ਜਾਂਦਾ ਹੈ ਵੀ ਇਨ੍ਹਾਂ ਬੋਲੀਆਂ ਦੇ ਵਿੱਚੋਂ ਪਾਣੀ ਭਰ ਕੇ ਭਾਈ ਕਨਈਆ ਜੀ ਅੱਗੇ ਦੁਸ਼ਮਣ ਦੀ ਵੀ ਸੇਵਾ ਕਰਦੇ ਸਨ ਸਿੱਖਾਂ ਦੀ ਵੀ ਸੇਵਾ ਕਰਦੇ ਸਨ ਪਾਣੀ ਪਲਾਉਣ ਦੀ ਗੱਲ ਇਹ ਨਹੀਂ ਵੀ ਕੇਵਲ ਇਹ ਬੋਲੀਆਂ ਬਣੀਆਂ ਹੋਈਆਂ ਨੇ ਇਹ ਵੀ ਹੋ ਸਕਦਾ ਹੈ ਵੀ ਇੱਥੇ ਹੋਰ ਵੀ ਬਹੁਤ ਸਾਰੀਆਂ ਬੋਲੀਆਂ ਹੋਣ ਜਿਹੜੀਆਂ ਇਸ ਸਮੇਂ ਦੇ ਵਿੱਚ ਦਿਖਾਈ ਨਹੀਂ ਦੇ ਰਹੀਆਂ ਆਲੇ-ਦੁਆਲੇ ਜਿਹੜਾ ਹੈਗਾ ਉਹ ਹੁਣ ਪਰ ਫਿਰ ਵੀ ਇੱਥੇ ਇਹਨਾਂ ਨੇ ਕਮੇਟੀ ਨੇ ਸੰਭਾਲ ਕੇ ਰੱਖੀਆਂ ਹੋਈਆਂ ਨੇ ਇਹ ਸਾਰੀਆਂ ਬੋਲੀਆਂ ਤੁਹਾਨੂੰ ਦਿਖਾਉਨੇ ਆ ਬਾਹਰਲੀ ਸਾਈਡ ਇੱਕ ਹੋਰ ਬੋਲੀ ਹੈ ਇਹ ਜਗ੍ਹਾ ਜਿਹੜੀ ਬਿਲਕੁਲ ਗੁਰਦੁਆਰਾ ਸਾਹਿਬ ਦੇ ਅੰਦਰ ਚਾਰ ਦਿਵਾਰੀ ਦੇ ਅੰਦਰ ਕਵਰ ਕੀਤੀ ਹੋਈ ਹੈ ਇੱਕ ਇਹ ਬੌਲੀ ਹੈ ਇਸ ਜਗ੍ਹਾ ਤੇ ਤੇ ਇੱਕ ਤੁਹਾਨੂੰ ਇੱਕ ਬੌਲੀ ਤੁਹਾਨੂੰ ਅੱਗੇ ਜਾ ਕੇ ਵੀ ਦਿਖਾਉਨੇ ਆ ਜਿਹੜੀ ਬਣੀ ਹੋਈ ਹੈ ਬੜੀ ਸੁੰਦਰ ਦ੍ਰਿਸ਼ਮਨਮੋਹਣਾ ਦ੍ਰਿਸ਼ ਪੇਸ਼ ਕਰਦੀ ਓ ਉਹ ਬੌਲੀ ਜਿਹਦੇ ਵਿੱਚ ਝਰਨਾ ਟਾਈਪ ਆਪਾਂ ਕਹਿ ਸਕਦੇ ਆ ਪਾਣੀ ਨਿਕਲਦਾ ਹੈ ਜੇ ਆਪਾਂ ਗੱਲ ਕਰੀਏ ਕੀ ਇੱਥੇ ਬੋਰ ਹੁੰਦੇ ਨੇ ਨਹੀਂ ਇੱਥੇ ਬਿਲਕੁਲ ਬੋਰ ਨਹੀਂ ਹੈ ਪਾਣੀ ਜਿਹੜਾ ਹੈ ਆਪਣੇ ਆਪ ਨਿਕਲਦਾ ਹੈ ਪਾਣੀ ਤੇ ਤੁਸੀਂ ਦੇਖ ਸਕਦੇ ਹੋ ਵੀ ਜਿਵੇਂ ਆਪਾਂ ਰਵੈਣੀਆ ਵਗਦੀਆਂ ਨੇ ਇਦਾਂ ਦੇ ਦ੍ਰਿਸ਼ ਤੁਹਾਨੂੰ ਦਿਖਾਉਨੇ ਆ ਵੀ ਇਹ ਬੜੀ ਸੁੰਦਰ ਰਮਣੀਕ ਜਗ੍ਹਾ ਬਣੀ ਹੋਈ ਹੈ ਜਿੱਥੋਂ ਪਾਣੀ ਨਿਕਲਦਾ ਹੈ ਤੇ ਪਾਣੀ ਵਰਤਿਆ ਵੀ ਜਾਂਦਾ ਹੈ ਸਿੱਖ ਸੰਗਤ ਆ ਕੇ ਇਸ ਪਾਣੀ ਨੂੰ ਪਿੰਦੀਆਂ ਵੀ ਨੇ ਅਤੇ ਨਾਲ ਦੀ ਨਾਲ ਗੁਰਦੁਆਰਾ ਸਾਹਿਬ ਦੇ ਆ ਕੇ ਦਰਸ਼ਨ ਦੀਦਾਰੇ ਵੀ ਕਰਦੀਆਂ ਨੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਈ ਕਨਈਆ ਜੀ ਨੇ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਸ ਸਿਧਾਂਤ ਨੂੰ ਜੀਵਨ ਦੇ ਵਿੱਚ ਕਮਾਇਆ ਸਿੱਖੀ ਨੂੰ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਉਸ ਸਿਧਾਂਤ ਨੂੰ ਜੀਵਨ ਦੇ ਵਿੱਚ ਲੈ ਕੇ ਆਂਦਾ ਜਿਹੜਾ ਸਿਧਾਂਤ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਸ਼ੁਰੂ ਹੋਇਆ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਕਤ ਭਾਈ ਕਨਈਆ ਜੀ ਜੇ ਗੁਰੂ ਦੇ ਨਾਲ ਆ ਕੇ ਜੁੜਦੇ ਨੇ ਗੁਰਬਾਣੀ ਸ਼ਰਬਨ ਕਰਦੇ ਨੇ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ ਕਰਦੇ ਨੇ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਉਸ ਵਿਚਾਰਧਾਰਾ ਨੂੰ ਵੀ ਮੰਨ ਕੇ ਚੱਲਦੇ ਨੇ ਵੀ ਇੱਥੇ ਕੋਈ ਦੁਸ਼ਮਣ ਹੀ ਨਹੀਂ ਹੈ ਤੇ ਸਾਨੂੰ ਵੀ ਇਹ ਗੱਲ ਚਾਹੀਦੀ ਹੈ ਵੀ ਅਸੀਂ ਦੁਸ਼ਮਣ ਨੂੰ ਮਾਰਨ ਦੀ ਬਗੈ ਦੁਸ਼ਮਣੀ ਨੂੰ ਮਾਰੀਏ ਸਾਡੇ ਅੰਦਰ ਜਿਹੜੇ ਹੰਕਾਰ ਈਰਖਾ ਸਾੜਾ ਭਰਿਆ ਹੈ ਪਹਿਲਾਂ ਤੇ ਸਾਨੂੰ ਉਹ ਖਤਮ ਕਰਨਾ ਚਾਹੀਦਾ ਹੈ ਇਹ ਬੌਲੀ ਤੇ ਅਸੀਂ ਪਹੁੰਚ ਗਿਆ ਤੁਸੀਂ ਬਿਲਕੁਲ ਸਾਹਮਣੇ ਦੇਖ ਸਕਦੇ ਹੋ ਬੜੀ ਸੋਹਣੀ ਇਹ ਵੀ ਬੌਲੀ ਬਣੀ ਹੋਈ ਹੈ ਦੋ ਬੌਲੀਆਂ ਨੇ ਇੱਥੇ ਜਿਹੜੀਆਂ ਇੱਕ ਅੰਦਰ ਹੈ ਤੇ ਇੱਕ ਬਾਹਰਲੀ ਸਾਈਡ ਹੈ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਕੁਝ ਅਲੋਪ ਵੀ ਹੋ ਗਿਆ ਹੋਣਗੀਆਂ ਆਲੇ ਦੁਆਲੇ ਹੋਰ ਵੀ ਇਹ ਝਰਨੇ ਹੋ ਸਕਦੇ ਨੇ ਤੇ ਹੋਰ ਤੁਹਾਨੂੰ ਉੱਪਰ ਜਾ ਕੇ ਵੀ ਦਿਖਾਉਨੇ ਆ ਇੱਕ ਬੋਲੀ ਜਿਹੜੀ ਬਣੀ ਹੋਈ ਹੈ ਇਦਾਂ ਆਪ ਮਾਰੇ ਹੇਠੋਂ ਝਰਨੇ ਰੂਪ ਦੇ ਵਿੱਚ ਪਾਣੀ ਨਿਕਲਦਾ ਹੈ ਹੋਰ ਅੱਗੇ ਚੱਲਦੇ ਆ ਉੱਪਰ ਵੀ ਜਗਾ ਬਣੀ ਹੋਈ ਹੈ ਬਿਲਕੁਲ ਇਸ ਥਾਨ ਉੱਪਰ ਚੜ੍ਹ ਕੇ ਵੀ ਆਪਾਂ ਦੇਖਦੇ ਆ ਸ਼ਾਇਦ ਉੱਪਰ ਵੀ ਆਪਾਂ ਨੂੰ ਕੋਈ ਬੋਲੀ ਨਜ਼ਰੀ ਪਵੇ ਇਹ ਵੀ ਤੁਸੀਂ ਬਿਲਕੁਲ ਦੇਖ ਸਕਦੇ ਹੋ ਇੰਜ ਲੱਗਦਾ ਜਿਵੇਂ ਆਲੇ ਦੁਆਲੇ ਪੱਥਰ ਲੱਗੇ ਹੋਣ ਪੱਥਰਾਂ ਦੇ ਵਿੱਚੋਂ ਪਾਣੀ ਨਿਕਲਦਾ ਹੋਵੇ ਇਹਦੇ ਵਿੱਚੋਂ ਵੀ ਆਪ ਮਹਾਰੇ ਵਿੱਚੋਂ ਜਿਹੜਾ ਪਾਣੀ ਨਿਕਲਦਾ ਹੈ ਬਿਲਕੁਲ ਸਾਹਮਣੇ ਤੁਸੀਂ ਇਹ ਦ੍ਰਿਸ਼ ਦੇਖ ਸਕਦੇ ਹੋ ਇਦਾਂ ਦੀਆਂ ਬੌਲੀਆਂ ਜਿਹੜੀਆਂ ਆਲੇ-ਦੁਆਲੇ ਲੱਗੀਆਂ ਹੋਈਆਂ ਨੇ ਤੇ ਪ੍ਰਬੰਧਕਾਂ ਦਾ ਵੀ ਇਹੀ ਕਹਿਣਾ ਹੈ ਆਲੇ-ਦੁਆਲੇ ਦੇ ਜਿਹ ਵੀਰਾਂ ਨੂੰ ਮਿਲਦੇ ਆ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿਹਾ ਜਾਂਦਾ ਹੈ ਵੀ ਭਾਈ ਕਨਈਆ ਜੀ ਇਹਨਾਂ ਬੌਲੀਆਂ ਦੇ ਵਿੱਚੋਂ ਪਾਣੀ ਲੈ ਕੇ ਜਾਂਦੇ ਸਨ ਇੱਕ ਮਸ਼ਕ ਜਿਹੜੀ ਹੈ ਉਹ ਵੀ ਅੰਦਰ ਰੱਖੀ ਗਈ ਹੈ ਉਹ ਵੀ ਕਿਹਾ ਜਾਂਦਾ ਹੈ ਵੀ ਭਾਈ ਕਨਈਆ ਜੀ ਦੀ ਅਸਲ ਦੇ ਵਿੱਚ ਇਹ ਮਸ਼ਕ ਹੈ ਜਿਹਦੇ ਨਾਲ ਭਾਈ ਕਨਈਆ ਜੀ ਸੇਵਾ ਕਰਦੇ ਸਨ ਬੜਾ ਰਮਣੀਕ ਜਿਹੜਾ ਬੜੀ ਸੁੰਦਰ ਜਗ੍ਹਾ ਬਣੀ ਹੋਈ ਹੈ ਤੇ ਬੜੀ ਸ਼ਾਂਤੀ ਹੈ ਇੱਥੇ ਆਪਾਂ ਇਹ ਜੀ ਕਹਿ ਸਕਦੇ ਹਾਂ ਵੀ ਰਮਨੀਕ ਜਗ੍ਹਾ ਤੇ ਬੈਠ ਕੇ ਜਿੱਦਾਂ ਮਰਜ਼ੀ ਗੁਰਬਾਣੀ ਸਰਵਣ ਕੀਤੀ ਜਾ ਸਕਦੀ ਹੈ ਗੁਰਬਾਣੀ ਪੜ੍ਹੀ ਜਾ ਸਕਦੀ ਹੈ ਤੁਹਾਨੂੰ ਦਿਖਾਉਨੇ ਹਾਂ ਉੱਪਰ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੋਂ ਜਿੱਥੇ ਬੌਲੀਆਂ ਬਣੀਆਂ ਨੇ ਇਧਰੋਂ ਵੀ ਇੱਕ ਦਰਵਾਜ਼ਾ ਜਾਂਦਾ ਹੈ ਉੱਪਰ ਨੂੰ ਇਸ ਟਾਈਮ ਆਪਾਂ ਉੱਪਰ ਨੂੰ ਜਾ ਰਹੇ ਹਾਂ ਉਸ ਦਰਵਾਜ਼ੇ ਦੇ ਰਾਹੀਂ ਇੱਥੋਂ ਵੀ ਐਂਟਰੀ ਹੋ ਜਾਂਦੀ ਹੈ ਗੁਰਦੁਆਰਾ ਸਾਹਿਬ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਕਾਇਦਾ ਮਾਰਬਲ ਲੱਗਿਆ ਹੋਇਆ ਹੈ ਬੜਾ ਸੋਹਣਾ ਰਮਨੀਕ ਜਗਾ ਤੇ ਇਹ ਗੁਰਦੁਆਰਾ ਸਾਹਿਬ ਬਣਿਆ ਆਲੇ ਦੁਆਲੇ ਤੁਹਾਨੂੰ ਪਹਾੜ ਹੀ ਪਹਾੜ ਨਜ਼ਰੀ ਪੈਣਗੇ ਇਸ ਤਰ੍ਹਾਂ ਆਪਾਂ ਇੰਜ ਕਹਿ ਸਕਦੇ ਆਂ ਵੀ ਯਾਤਰੂ ਬਹੁਤ ਘੱਟ ਆਉਂਦੇ ਨੇ ਇਸ ਜਗ੍ਹਾ ਤੇ ਕਿਉਂਕਿ ਕਈਆਂ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਹੈ ਜੇ ਪਤਾ ਵੀ ਹੈ ਤਾਂ ਉਹ ਰੋਜ਼ਾਨਾ ਨਹੀਂ ਇੱਥੇ ਆ ਸਕਦੇ ਤੇ ਜਿਹੜੇ ਆਉਂਦੇ ਨੇ ਉਹ ਬੜਾ ਬਨਮੋਹਣਾ ਦ੍ਰਿਸ਼ ਦੇਖ ਕੇ ਇੱਥੇ ਲਗਾਤਾਰ ਵੀ ਆਉਂਦੇ ਹੋਣਗੇ ਜਿਵੇਂ ਆਪਾਂ ਸ਼ਹਿਰ ਦੀ ਗੱਲ ਕਰ ਲੈਂਦੇ ਆਂ ਆਨੰਦਪੁਰ ਸਾਹਿਬ ਦੇ ਵਾਸੀ ਇੱਥੇ ਆਉਂਦੇ ਹੋਣਗੇ ਆ ਕੇ ਬੈਠਦੇ ਹੋਣਗੇ ਕੜੀ ਸਤ ਸੰਗ ਵੀ ਹੁੰਦਾ ਹੋਵੇਗਾ ਇਹ ਸਾਰੇ ਦ੍ਰਿਸ਼ ਤੁਸੀਂ ਬਿਲਕੁਲ ਸਾਹਮਣੇ ਦੇਖ ਸਕਦੇ ਹੋ ਭਾਈ ਕਨਈਆ ਜੀ ਦੀ ਇਤਿਹਾਸਕ ਜਾਦ ਨੂੰ ਦਰਸਾਉਂਦਾ ਇਹ ਸਥਾਨ ਜਿੱਥੇ ਅਸੀਂ ਅੰਦਰ ਪਹੁੰਚੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਹੈ ਉਹ ਸਾਹਮਣੇ ਕੀਤਾ ਗਿਆ ਹੈ ਅਤੇ ਨਾਲ ਦੀ ਨਾਲ ਇਸ ਜਗ੍ਹਾ ਦੇ ਉੱਪਰ ਸਵੇਰੇ ਨਿਤਨੇਮ ਸ਼ਾਮਾਂ ਨੂੰ ਨਿਤਨੇਮ ਦੀ ਸੇਵਾ ਭਾਈ ਸਾਹਿਬ ਜੀ ਹੁਣੀ ਨਿਮਾਉਂਦੇ ਨੇ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਵੀ ਸੰਗਤ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ ਜਿਵੇਂ ਆਪਾਂ ਗੱਲ ਕਰਦੇ ਆਂ ਮਸਾਕੀ ਹੁੰਦੀ ਹੈ ਹੋਲਾ ਮਹੱਲਾ ਹੁੰਦਾ ਹੈ ਉਦੋਂ ਜ਼ਿਆਦਾ ਸੰਗਤਾਂ ਇੱਥੇ ਆਉਂਦੀਆਂ ਨੇ ਦੋ ਅਹਿਮ ਚੀਜ਼ਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਨੇ ਭਾਈ ਕਨਈਆ ਜੀ ਦੀ ਇੱਕ ਤੇ ਮਾਸ਼ਿਕ ਜਿਹੜੀ ਆਪਾਂ ਗੱਲ ਕਰਦੇ ਸੀ ਮਾਸ਼ਿਕ ਅਜੇ ਤੱਕ ਸੰਭਾਲ ਕੇ ਰੱਖੀ ਗਈ ਹੈ ਇਸ ਸਥਾਨ ਦੇ ਅੰਦਰ ਤੇ ਦੂਜਾ ਡੋਲੂ ਲਿਖ ਕੇ ਵੀ ਲਾਇਆ ਹੈ ਭਾਈ ਕਨਈਆ ਜੀ ਦਾ ਡੋਲ ਇਹਨਾਂ ਨੇ ਡੋਲੂ ਵੀ ਜਿਹੜਾ ਹੈਗਾ ਭਾਈ ਕਨਈਆ ਜੀ ਦਾ ਇੱਥੇ ਸੰਭਾਲ ਕੇ ਰੱਖਿਆ ਹੋਇਆ ਹੈ ਤੇ ਨਾਲ ਤਸਵੀਰ ਵੀ ਲਾਈ ਹੈ ਭਾਈ ਕਨਈਆ ਜੀ ਦੀ ਯਾਦ ਦੇ ਵਿੱਚ ਸਿੱਖ ਦੇ ਵੀ ਜਿਹੜਾ ਤੀਰ ਲੱਗਿਆ ਹੋਇਆ ਹੈ ਦੇ ਨਾਲੇ ਇਥਾਂ ਆਪਾਂ ਕਹਿ ਸਕਦੇ ਹਾਂ ਵੀ ਪਹਾੜੀ ਰਾਜੇ ਜਾਂ ਮੁਗਲ ਨੇ ਜਿਹੜੇ ਉਹਨਾਂ ਨੂੰ ਵੀ ਦੁਸ਼ਮਣੀ ਛੱਡ ਕੇ ਪਾਣੀ ਪਰਾਉਂਦੇ ਹੋਏ ਪਾਈਕ ਨਈਆ ਜੀ ਨਜ਼ਰੀ ਪੈ ਰਹੇ ਨੇ ਬੜੀ ਰਮਣੀਕ ਜਗ੍ਹਾ ਬਣੀ ਹੋਈ ਹੈ ਸੁੰਦਰ ਜਗ੍ਹਾ ਹੈ ਪਹਾੜਾਂ ਦੇ ਵਿੱਚ ਬਣੀ ਹੋਈ ਹੈ ਜਿੱਥੇ ਆ ਕੇ ਸਾਨੂੰ ਇਸ ਦੇ ਦਰਸ਼ਨ ਦੇਦਾਰੇ ਕਰਨੇ ਚਾਹੀਦੇ ਨੇ ਜਿੱਥੇ ਅਸੀਂ ਆਨੰਦਪੁਰ ਸਾਹਿਬ ਪਹੁੰਚਦੇ ਹਾਂ ਬਹੁਤ ਸਾਰੀਆਂ ਹੋਰ ਵੀ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਆਉਣ ਵਾਲੇ ਸਮੇਂ 'ਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਹੜੀਆਂ ਅਸੀਂ ਅੱਜ ਤੱਕ ਸਾਹਮਣੇ ਨਹੀਂ ਲੈ ਕੇ ਆਏ ਕਈ ਵਾਰ ਇਹ ਵੀ ਹੁੰਦਾ ਹੈ ਵੀ ਸਾਡੇ ਕਹਿ ਦਿੰਨੇ ਆ ਵੀ ਦੀਵੇ ਥੱਲੇ ਹਨੇਰਾ ਕਈ ਵਾਰ ਇਦਾਂ ਹੁੰਦਾ ਵੀ ਸਾਨੂੰ ਆਨੰਦਪੁਰ ਸਾਹਿਬ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਨਹੀਂ ਗਿਆਨ ਹੁੰਦਾ ਕਿਉਂਕਿ ਅਸੀਂ ਪੜ੍ਹਨਾ ਨਹੀਂ ਚਾਹੁੰਦੇ ਅਸੀਂ ਇਤਿਹਾਸ ਦੀ ਖੋਜ ਨਹੀਂ ਕਰਨੀ ਚਾਹੁੰਦੇ ਜੇ ਅਸੀਂ ਖੋਜਾਂਗੇ ਤਾਂ ਬਹੁਤ ਸਾਰੀਆਂ ਹੋਰ ਵੀ ਚੀਜ਼ਾਂ ਸਾਡੇ ਸਾਹਮਣੇ ਆਉਣਗੀਆਂ ਹੋਰ ਚੀਜ਼ਾਂ ਵੀ ਤੁਹਾਡੇ ਸਾਹਮਣੇ ਇਸੇ ਤਰ੍ਹਾਂ ਲੈ ਕੇ ਆਵਾਂਗੇ ਇਸ ਟਾਈਮ ਮੌਜੂਦ ਹਾਂ ਭਾਈ ਕਨਈਆ ਜੀ ਦੇ ਸਥਾਨ ਦੇ ਉੱਪਰ ਜਿੱਥੇ ਭਾਈ ਕਨਈਆ ਜੀ ਆਪਣਾ ਦੁਸ਼ਮਣਾਂ ਦੇ ਲਈ ਵੀ ਫਰਜ ਨਿਭਾਉਂਦੇ ਹਨ ਸੇਵਾ ਕਰਦੇ ਹਨ ਸੁਰਖਾਵ ਟੀਵੀ ਤੋਂ ਮੈਂ ਅਮਰਪ੍ਰੀਤ ਸਿੰਘ ਗੁਜਰਵਾਲ